लो जी वेलकम एक होर नवे ब्लाउ दे विच ते मलचर पा लिया सीगा ते हुण चले आ खेत च फेरदे आ जाके पहली बार फेरन लग्या देखदे आ की हिसाब किताब इहदा ते चलदे आ मिलदे सानू खेत च जाके। लो जी पहुँच चुके हैं ते बाकी भार आ यार मलचर जो भी वजदा ही थले खिच खिच के ते बाकी आपां हौली करना नहीं हुंदा ट्रैक्टर बाई जी ने चलाया मैं तो चलाया ही नहीं ते हुण चलदे आ सामने खत्ते च घंटे का 200 रुपया अपन लग जाने दो घंटे का लगन गई अपन चलिए बाकी परसीम भी अपना बुंदरे इधर गीला ना हो यार ਕੱਲ ਜਲੂਸ ਜਲਾਹ ਜਿਹਾ ਨਿਕਲੋ ਇੱਧਰ ਹੀ ਨਿਕਲੋ ਇੱਧਰ ਵਧੀਆ ਰਹੂਗਾ ਅਤੇ ਬਾਕੀ ਆ ਜਾਓ ਬਾਈ ਜੀ ਆ ਜਾਓ ਸਰ ਅਤੇ ਲਓ ਜੀ ਹੌਲੀ ਚੱਕੇ ਜਾਂਦਾ ਹੁੰਦਾ ਘਰ ਆ ਬਸ ਥੋੜ੍ਹਾ ਹੋਊਗਾ ਮੈਂ ਕਹਿੰਦਾ ਕਿੰਨੇ ਚੱਲ ਹੋਊ ਜਿੰਨੇ ਦਾ ਮਰਜ਼ੀ ਦੋ ਕੁਆਂਟਲ ਨਾਲ ਚੱਕਿਆ ਹੋਊ ਯਾਰ ਗੱਲ ਆ ਕੀ ਕਰਦਾ ਤੂੰ ਤੇ ਚੱਲਦੇ ਆ ਬਾਕੀ ਕਰਦੇ ਆ ਸਟਾਰਟ ਕੰਮ ਤੇ ਲਓ ਜੀ ਕੁਛ ਨਹੀਂ ਹੁੰਦਾ ਯਾਰ ਸੰਦ ਦਾ ਤਾਂ ਸਿੱਖਣ ਸੁੱਖਣ ਨੂੰ ਆਪੇ ਪੰਗਾ ਲੈ ਕੇ ਦੇ ਲਓ ਬੰਦਾ ਆਪੇ ਹੀ ਸਿੱਖ ਜਾਂਦਾ ਤੇ ਬਾਕੀ ਕਰੀ ਜਾਂਦੇ ਆ ਕੰਮ ਵੈਲਾ ਬਾਕੀ ਹੁਣ ਗਾਣੇ ਗੁਣੇ ਲਾਉਂਦੇ ਹਾਂ ਚਲਾਉਂਦੇ ਹਾਂ ਟੈਕ ਜਿਹਾ ਵੀ ਮਿਲਦੇ ਹਾਂ ਤੁਹਾਨੂੰ ਫਿਰ ਬਾਕੀ ਮੈਨੂੰ ਤਾਂ ਪਤਾ ਨਹੀਂ ਸੈੱਟ ਚੱਲਦਾ ਪਤਾ ਨਹੀਂ ਕਿਵੇਂ ਚੱਲਦਾ ਅਤੇ ਆਪਾਂ ਗੇੜੇ ਤਾਂ ਲਈ ਜਾਂਦੇ ਹਾਂ ਉੱਥੇ ਕੁ ਦੇਦਾ ਬਾਕੀ ਉੱਥੋਂ ਥੋੜ੍ਹਾ ਜਿਹਾ ਖਰਾਬ ਆ ਉੱਥੋਂ ਛੱਡ ਛੱਡਣਾ ਪੈਣਾ ਬਾਕੀ ਉੱਥੇ ਹੈ ਵੀ ਨਹੀਂ ਠੰਡੇ ਜੇ ਉੱਥੋਂ ਚੱਕ ਚੱਕ ਕੇ ਇਹ ਲਾ ਲਾਂਗੇ ਬਾਕੀ ਕਰਦੇ ਹਾਂ ਹਿਸਾਬ ਜਿਹਾ ਨਹੀਂ ਆਇਆ ਰੋਡ ਤੋਂ ਪਰੇ ਨੂੰ ਭੱਜ ਲੈਂਦਾ ਪਤਾ ਹੀ ਤਾਂ ਚੱਕ ਕੇ ਲਾਉਣਾ ਹੁੰਦਾ ਰੋਡ 'ਤੇ ਕਰਦੇ ਹਾਂ ਮਿਲਦੇ ਹਾਂ ਉਹਨੂੰ ਫਿਰ ਪਤਾ ਛੱਡ ਦੀ ਇੰਨਾ ਗੱਲ ਵੀ ਛੋਟੇ ਕਿੱਧਰ ਜਾਂਦਾ ਚੱਲ ਲਓ ਜੀ ਪਹਿਲੀ ਵਾਰ ਮੇਰੇ ਕੋਲ ਟਰੈਕਟਰ ਗਰਮ ਹੋਇਆ ਥੋੜ੍ਹਾ ਜਿਹਾ ਅਤੇ ਬਾਕੀ ਇਹਨੂੰ ਥੋੜ੍ਹਾ ਟਾਈਟ ਕਰਕੇ ਦੇ ਦਿਆ ਡੰਡੇ ਨੂੰ ਮੈਂ ਸਫਾਈ ਜੀ ਨਹੀਂ ਕਰਦਾ ਲੱਗਦਾ ਇਹ ਚੱਜ ਨਾਲ ਇੱਧਰ ਨੂੰ ਟਾਈਟ ਹੋਊਗੀ ਹਾਂ ਖਿੱਚ ਕੇ ਕਰ ਚੱਲ ਕਰ ਇਹਦੋ ਹੀ ਡੰਡਾ ਨਹੀਂ ਟਾਈਟ ਹੁੰਦਾ ਆਹ ਬੰਦਾ ਦੇਖ ਲਓ ਇਹਦਾ ਡੰਡਾ ਨਹੀਂ ਟਾਈਟ ਹੁੰਦਾ ਉਹ ਮੈਂ ਉਦੋਂ ਪਿੱਛੇ ਦੇਖਿਆ ਜੀ ਉਹ ਪਤਾ ਨਹੀਂ ਕਿਵੇਂ ਛੱਡਿਆ ਜਾਂ ਇੱਥੇ ਦੂਰ ਆਏ ਆ ਮਾੜਾ ਮੋਟਾ ਚੱਕਿਆ ਗਿਆ ਹੋਣਾ ਇੱਕ ਅੱਧੇ ਪਾਸੇ ਅਤੇ ਸੱਤਾ ਵੀ ਯਾਰ ਉੱਚਾ ਨਹੀਂ ਮਾਇਆ ਹੋਇਆ ਹੋਇਆ ਰਿਹਾਈਆਂ ਵਾਲੀਆਂ ਪਈਆਂ ਨੇ ਟਰੈਕਟਰ ਟਰਾਲੀ ਦੀਆਂ ਅਤੇ ਕਦੇ ਟਰੈਕਟਰ ਨਾ ਗਿਆ ਤਾਂ ਕਦੇ ਟਰਾਲੀ ਬਾਕੀ ਕੰਬਾਈਨ ਵੀ ਖੜ੍ਹੀ ਰਹਿੰਦੀ ਹੁੰਦੀ ਜੀ ਇੱਥੇ ਅਤੇ ਉੱਥੇ ਦੁਬਾਰਾ ਲਾ ਦਾਂ ਉੱਧਰ ਨੂੰ ਸੈੱਟ ਲਾਂਗੇ ਉਹਨੂੰ ਪਰੇ ਨੂੰ ਬਾਕੀ ਚੱਲੀ ਜਾਂਦਾ ਥੋੜ੍ਹਾ ਡੰਡਾ ਟਾਈਟ ਕੀਤਾ ਹੁਣ ਇੱਧਰ ਆ ਮੈਂ ਲੱਗੇ ਹੀ ਹਿਲਾਉਣ 'ਚ ਅਤੇ ਮਾੜਾ ਜਿਹਾ ਚੋਕ ਹੋ ਗਿਆ ਆਹ ਫਸ ਗਿਆ ਕੱਢਦੀ ਇਹਨੂੰ ਕਿੰਨਾ ਫਸ ਗਿਆ ਗਾਈਸ ਓਏ ਹੋਈ ਨਾ ਮੇਰਾ ਹੱਥ ਫੜਦੀ ਹੋਰ ਗੇਅਰ ਪਾ ਦਵੇਂ ਲਓ ਜੀ ਕਰਦੇ ਹਾਂ ਫਿਰ ਮਿਲਦੇ ਸਾਨੂੰ ਇੱਧਰੋਂ ਹੀ ਹੋ ਗਿਆ ਪਿੱਛੇ ਗਿੱਲਾ ਵੀ ਬਾਹਲਾ ਪਿਆ ਯਾਰ ਪਾਣੀ ਪੂਣੀ ਟੁੱਟੀ ਜਾਂਦੇ ਨੇ ਗਿੱਲਾ ਹੀ ਗਿੱਲਾ ਪਿਆ
ਕੇ ਲੋਡ ਕਰਦਾ ਵੀਡੀਓ ਚਲਾ ਕੇ ਮੜਾ ਲਾ ਦਿੰਦਾ ਤੇ ਕਰਦੇ ਆ ਤੇ ਲਾਓ ਜੀ ਇੱਥੇ ਨਿਕਲਦੀ ਆ ਟਰੈਕਟਰ ਦੀ ਜਾਨ ਕਿਉਂਕਿ ਗਿੱਲਾ ਵਾ ਇੱਥੇ ਥੱਲੇ ਦੇਖੋ ਆਵਾਜ਼ ਵੀ ਬਦਲਦੀ ਆ ਆਰ ਪੀ ਐਮ ਨਹੀਂ ਤਾਂ ਬਈ ਡਰੋਪ ਕਰਦਾ ਮਾੜਾ ਜਿਹਾ ਕਰਦਾ 100 ਕੁ ਬਸ ਤੇ ਬਾਕੀ ਵੱਡੀ ਤੁਰੀ ਆਉਂਦਾ ਆਰ ਪੀ ਐਮ ਚੈੱਕ ਕਰਿਓ ਮੈਂ ਕਲੱਚ ਦੱਬਦਾ ਜਮਾਂ ਹੀ ਨਹੀਂ ਡਰੋਪ ਕਰਦਾ ਗਿੱਲਾ ਕਰਕੇ ਜਿਵੇਂ ਕਰਨੇ ਚਾਹੀਦੇ ਪਰ ਝੋਟਾ ਕਿੱਥੇ ਬਣਦਾ ਕਿੱਥੇ ਅਜੇ ਆਪਾਂ ਉੱਧਰ ਵੀ ਫੇਰਨਾ ਡੇਢ ਘੰਟਾ ਤਾਂ ਆਪਾਂ ਨੂੰ ਇੱਧਰ ਹੀ ਲੱਗ ਗਿਆ ਡੇਢ ਘੰਟਾ ਵੀ ਲੋਹ 'ਚ ਕਰਨਾ ਨਾ ਜੇ ਹਾਈ 'ਚ ਹੋਵੇ ਤਾਂ ਵੀ ਸੌਖਾ ਰਹਿੰਦਾ ਫਿਰ ਉਹ ਕਟਰ ਸੌਖਾ ਵਾ ਉਹ ਹਾਈ 'ਚ ਵੱਜ ਜਾਂਦਾ ਮੈਂ ਕਹਿੰਦਾ ਉਹੀ ਪਹਿਲਾਂ ਟਾਈਮ ਪਾਸ ਕਰੀ ਆ ਤੀਜੇ 'ਚ ਗੇੜਾ ਲਾਇਆ ਹੁਣ ਕਰੋ ਚੈੱਕ ਹੁਣ ਵੀ ਤੀਜੇ ਲੋਹ 'ਚ ਚੱਲਦਾ ਤੀਜੇ 'ਚ ਖਿੱਚੀ ਰੱਖੇ ਕੋਈ ਚੱਕਰ ਹੀ ਨਹੀਂ ਪਰ ਟਰੈਕਟਰ 'ਚ ਜ਼ੋਰ ਆਉਣਾ ਚਾਹੀਦਾ ਲਓ ਜੀ ਆਹ ਤਾਂ ਸਾਰਾ ਬਾਕੀ ਕਰਤਾ ਏ ਟੂ ਜੈੱਡ ਹਾਂ ਮੈਂ ਸੋਚਦਾ ਮਾੜਾ ਜਿਹਾ ਲਾ ਦਈਏ ਅਤੇ ਉੱਥੋਂ ਲਾ ਦਿੰਦੇ ਹਾਂ ਜਿਵੇਂ ਜਿੱਥੇ ਵੱਡੀਆਂ ਹੀ ਲੀਹਾਂ ਨੇ ਇੱਥੇ ਨਹੀਂ ਲਾਉਣਾ ਆਪਾਂ ਉੱਧਰ ਲਾ ਲਿਆ ਪਰੇ ਹੋਏ ਕਿੱਥੇ ਜਾਈ ਜਾਂਦਾ ਉੱਥੇ ਉੱਥੇ ਲਾ ਦਈਏ ਗਿੱਲ ਕਰਕੇ ਆ ਝੋਨਾ ਵੱਢਿਆ ਗਿੱਲ 'ਚ ਔਖਾ ਬਾਹਲਾ ਹੁੰਦਾ ਘੁੰਮ ਗਿਆ ਕਿਉਂ ਇੱਕ ਟਾਇਰ ਦੀ ਇਹਦਾ ਬਾਹਲਾ ਤਕੜਾ ਲੋਹਾ ਲਾ ਲਈਏ ਫਿਰ ਮਿਲਦੇ ਹਾਂ ਲਓ ਜੀ ਉੱਧਰ ਕੰਪਲੀਟ ਕਰਕੇ ਆਪਾਂ ਆ ਗਏ ਸੀ ਅਤੇ ਬਾਈ ਜੀ ਹੁਣੀ ਮੂਹਰੇ ਮੂਹਰੇ ਦੇਖਦੇ ਹੋ ਗਿੱਲਾ ਤਾਂ ਨਹੀਂ ਅਤੇ ਆਪਾਂ ਲੱਗਦੇ ਹਾਂ ਸਟਾਰਟ ਕਰਦੇ ਹਾਂ ਇੱਥੋਂ ਘਰਾ ਕੇ ਘਰੋਂ ਚਾਹ ਚੂਹ ਮੰਗਾਈਏ ਪਹਿਲਾਂ ਤਾਂ ਗਿੱਲਾ ਵਾ ਕਿੰਨਾ ਗਾ ਪਹਿਲਾਂ ਗਿੱਲਾ ਹੀ ਦੇ ਗਿਆ ਜੀ ਕਿੰਨਾ ਗਾ ਤਾਂ ਗਿੱਲਾ ਯਾਰ ਚੱਲ ਇਹ ਤੋਂ ਚੱਕ ਕੇ ਲਾ ਲਾਂਗੇ ਕੋਈ ਨਾ ਚੱਕ ਕੇ ਲਾ ਲਾਂਗੇ ਚੱਕ ਕੇ ਨਘਾ ਕੇ ਨਾ ਪਰਿਉਂ ਕਰਕੇ ਟੋਏ 'ਚ ਨਹੀਂ ਸੜਦਾ ਇੰਨਾ ਤਾਂ ਨੌਲੇਜ ਹੈਗੀ ਆਚਿਆ ਮੈਨੂੰ ਇੰਨੀ ਕਰਦੇ ਹਾਂ ਸਟਾਰਟ ਵਰਕ ਲਓ ਜੀ ਮੈਂ ਕਹਿੰਦਾ ਕਿਆਰਾ ਹੀ ਵੰਡ ਲੈਂਦੇ ਹਾਂ ਆਪਾਂ ਜਿਵੇਂ ਪਹਿਲਾਂ ਉਹ ਕਿਆਰੇ 'ਚ ਫਿਰ ਆਹ ਕਿਆਰੇ 'ਚ ਕਰਾਂਗੇ ਕਿਉਂਕਿ ਯਾਰ ਐਂ ਤਾਂ ਔਖਾ ਉੱਥੋਂ ਚੱਕਣਾ ਪੈਂਦਾ ਕਦੇ ਰੱਖਣਾ ਪੈਂਦਾ ਹੈ ਨਾ ਅਤੇ ਆਪਾਂ ਕਿਆਰਾ ਕਿਆਰਾ ਹੀ ਕਰਦੇ ਹਾਂ ਅਤੇ ਲਓ ਜੀ ਪਲਾਸਟਰ ਦਾ ਵੀ ਮੈਨੂੰ ਹੁੰਦਾ ਲੱਗਦਾ ਕੰਮ ਜਿਹਾ ਕੰਮ ਦਾ ਦੇਖੋ ਮੇਲਾ ਤਾਂ ਡੁੱਟੂ ਅਤੇ ਬਾਕੀ ਚੱਲੀ ਜਾਂਦਾ ਖੜਨਾ ਨਹੀਂ ਆਪਾਂ ਲੱਗੇ ਰਹਿਣਾ ਨੱਪਾ ਕੇ ਜਾਣਾ ਅੱਜ ਸਾਰਾ ਯਾਨੀ ਕਿ ਪੂਰਾ ਕਰਕੇ ਜਾਣਾ ਉਹ ਬੜੇ ਭੈੜੇ ਲੱਗਦੇ ਜਿਵੇਂ ਬਣੇ ਨਹੀਂ ਪਏ ਜਿਵੇਂ ਉਹ ਬਣਿਆ ਪਿਆ ਇਕੱਠੇ ਹੋ ਗਏ ਭੈੜੇ ਲੱਗਦੇ ਆ ਚੱਕ ਕੇ ਨਹੀਂ ਬਾਹਰ ਕੱਢ ਦਾਂਗੇ ਇਹਨਾਂ ਨੂੰ ਬਾਕੀ ਔਲ ਗੋਟਾ ਆ ਗਿਆ ਬਸ ਗਿਆ ਅਤੇ ਪਿਆ ਬਸ ਉੱਥੇ ਹੀ ਰੱਖ ਲਿਆ ਚੱਲਦੇ ਹਾਂ ਬੈਲਡ ਨਹੀਂ ਕਰਵਾਉਣਾ ਦੇਖੂ ਇਹ ਦੇਖਦੇ ਦੇਖਦੇ ਡਿੱਪ ਪਿਆ ਗਿਆ ਬਸ ਗਿਆ ਬਸ ਇਹ ਤਾਂ ਚੱਲਦੇ ਹਾਂ ਬੈਲਡਿੰਗ ਕਰਵਾਉਣਾ ਅਰੇ ਪਤਾ ਨਹੀਂ ਕਿਹੜੇ ਹਿਸਾਬ ਦੇ ਬੈਰਿੰਗ ਇਹ ਨੇ ਚੱਲੀ ਹੋ ਜਾਂਦਾ ਹਜੇ ਤੱਕ ਟਰੈਕਟਰ ਬੰਦ ਆ ਹੁਣ ਬੰਦ ਹੋਣ ਲੱਗਿਆ ਅਤੇ ਸਲਾਂਸਰ ਤੋਂ ਦੁਕਾਨ ਗਿਆ ਜਿਵੇਂ ਆਹ ਟੁੱਟ ਗਿਆ ਇੱਥੋਂ ਇੱਥੋਂ ਹੀ ਟੁੱਟਿਆ ਕਿੱਥੋਂ ਟੁੱਟਿਆ ਇੱਧਰੋਂ ਟੁੱਟ ਗਿਆ ਯਾਰ ਆਹ ਦੇਖ ਉਹ ਕਿੱਥੇ ਆ ਇਹ ਗਣ ਤੁੰਦ ਕੋ ਇਹ ਟੁੱਟ ਗਿਆ ਇੱਥੋਂ ਆਹ ਚੀਜ਼ ਟੁੱਟ ਗਈ ਬ੍ਰਾਈਟਨੈਸ ਵਧਾ ਕੇ ਦਿਖਾਉਣਾ ਆਹ ਚੀਜ਼ ਹੈ ਆਹ ਦੇਖੋ ਆਹ ਚੀਜ਼ ਟੁੱਟ ਗਈ ਨੇੜੇ ਹੀ ਆ ਬਿਲਡਿੰਗ ਵਾਲਾ ਤਾਂ ਇੱਧਰ ਹੀ ਆ ਮੁਕੰਦਪੁਰ ਚੱਲਦੇ ਹਾਂ
लो जी लै चलिए हूँ। तो पहला उतो चढ़ा लगे उतो है नहीं राजे, इतों राजे बने हुए तो चढ़ देना बिल्डिंग करवा के लिया सरासर न। हौली हौली तां झड़े मैनू आए सी कि उठ ना जाए मूहरे ते बाकी चलते हैं पीडियो तो नहीं पे चलते हैं हम करवा के लिया बैठा उत्ते रुपये है नहीं साढ़े को घरों गए ने लो जी करवा लिया बिल्डिंग हूँ ठीक है। तो डैडी भी आ गए हूँ डैडी फड़ा देना चला लो आपे ला लो चाह जड़ा लाने मैं थक गया यार एक बुखार जहा हो थकावट जी होगी तो मैं जा तो घर जाऊँगा जब बहजू साइड से चाह चू लिया डैडी ने चाह चू पीने तो मिलते हैं सूर लो जी ले आता खत्ते जोर नहीं मानता जमी मैनू आए थी तुम चलाओगे तुम हालत च नहीं चलाउन वाली मैं मैनू आए थी तुम चलाओगे हूँ नहीं थकया तो नहीं ना ना थकया नहीं हजे तो इधर हाँ जी की कहने ने बेहले साधु सत श्रीकाल आ भी बेहले ने हाँ जी की इधर लग गए डैडी चला लाद दो तीन गेड़े फिर आप लावे कपड़े बदल के आवे चाह पी लिए जाता एक चीज चेक करो सिर्फ एक नट दे टैक आ भी लै गया सारे खुल गए इन्नी ज्यादा बाइक घरों मंगाए आ लॉक वाले नट लिया पे ने पाए है नहीं सी मैं तो हूँ मंगाए ने डैडी तो पाने उन्होंने लिया के इधर मुड़ता चेक करो कि जो तो तेल जहा पाया फर्क पै गया स्टीयरिंग का करो चेक माड़े ये घूम जाता सौखा घूमता जाड़ी की हूँ इतने जोर जहा मनु गिला जहा आ गया पूरे चल ब्रेक देख मर के जमें ही उठ कड़ता कितने दबदा यार कितने जमें ही मर के उठ कड़े देख तो लो जी करता कंप्लीट सर तो डैडी आ गए सी बाकी आ ढेरिया ही लग गई बुरी ही ला दी गिले करके वह गिला नाल नाल लगी है तो फिर वो करके ढेरिया ही लग गई इस हूँ शायद पलाओ मारने पैने तविया तो फिरनिया नहीं बाकी देखते हैं की कहते हैं डैडी तो बाकी मैं कहना आप ब्लॉग इतें एंड करिए मिल जाए नवे ब्लॉग धन्यवाद।